ਇਹ ਸਾਡਾ ਅਫਸਰ ਹੈਗਾ ਜਿਹੜਾ ਕਿ ਬਹੁਤ ਚੰਗਾ ਕੰਮ ਕਰ ਰਿਹਾ ਔਰ ਜੋ ਮੈਨੂੰ SSP ਸਾਹਿਬ ਨੇ ਦੱਸਿਆ ਹੈ ਕਿ ਵੀ ਇਹਨੇ ਇਕੱਲੇ ਨੇ 80 FIR ਤਾਂ ਖੁਦ ਦਰਜ ਕਰਵਾਈਆਂ ਜਿਹੜੇ ਡਰੱਗਸ ਦੇ ਖਿਲਾਫ ਔਰ ਕਾਫੀ ਰਿਕਵਰੀ ਵਗੈਰਾ ਹੋਈ ਹੈ ਪਲੱਸ ਜਿਹੜਾ ਸਾਡੀ ਟਾਰਗੇਟ ਕਿਲਿੰਗ ਵੀ ਸੀਗੀ ਉਹਦੇ ਵਿੱਚ ਵੀ ਇਹਨੇ ਬਹੁਤ ਚੰਗਾ ਕੰਮ ਕੀਤਾ ਸੀ ਅਤੇ ਇਹਨੂੰ ਅਸੀਂ ਸਬ ਇੰਸਪੈਕਟਰ ਰੈਂਕ ਦਿੱਤਾ ਸੀਗਾ ਉਹ ਲਗਾਉਣਾ ਆਇਆ ਸੀ ਡੈਫੀਨੇਟ ਦਿੱਤੀ ਜਾਊਗੀ ਤੁਸੀਂ ਅੱਜ ਕੀ ਤਰੀਕ ਹੈਗੀ 19 ਹਫਤਾ ਵੇਟ ਕਰੋ 26 ਜਨਵਰੀ ਨੂੰ ਦੇਖੋ ਮਾਤਾ ਚਾਂਦ ਕੌਰ ਦਾ ਵੈਸੇ ਤਾਂ CBI ਕੇਸ ਉਹ ਕਰ ਰਹੇ ਹਾਂ ਪਰ ਮੈਂ ਆਪ ਦੁਆਰਾ ਜਾ ਕੇ ਆਇਆ ਉੱਥੇ ਮੌਕੇ 'ਤੇ ਮੈਂ CP ਸਾਹਿਬ ਨੂੰ ਬੁਲਾਇਆ ਇਸ ਗੱਲ ਨੂੰ 2 ਹਫ਼ਤੇ ਹੋ ਗਏ ਅਸੀਂ ਉਸ 'ਤੇ ਵੀ ਜੋਸ਼ ਹੋਣ ਲੱਗੇ ਹੋਏ ਹਾਂ ਕੋਈ ਨਾ ਕੋਈ ਸਿਲਾ ਕੱਢਾਂਗੇ ਉਹਦਾ ਦੇਖੋ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਅਕਸਰ ਸੁਣਿਆ ਹੋਣਾ ਕਿ ਸੈਪਰੇਸ਼ਨ ਆਫ ਇਨਵੈਸਟੀਗੇਸ਼ਨ ਅਤੇ ਲਾਅ ਐਂਡ ਆਰਡਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਟੇਟ ਇੱਕ ਐਸੀ ਸਟੇਟ ਹੋਏਗੀ ਕੰਟਰੀ ਦੇ ਵਿੱਚ ਜਿਹਦੇ ਵਿੱਚ ਅਸੀਂ 400 ਵਕੀਲ ਐਡਵੋਕੇਟ ਔਰ 400 ਕੁ ਤਕਰੀਬਨ ਅਸੀਂ ਫੋਰੈਂਸਿਕ ਆਫਿਸਰ ਅਸੀਂ ਮਤਲਬ ਭਰਤੀ ਕਰਨ ਜਾ ਰਹੇ ਹਾਂ ਜਿਹੜੇ ਕਿ ਹਰ ਪੁਲਿਸ ਸਟੇਸ਼ਨ ਲੈਵਲ ਦੇ ਉੱਤੇ ਇੱਕ ਵਕੀਲ ਅਤੇ ਇੱਕ ਫੋਰੈਂਸਿਕ ਆਫਿਸਰ ਅਵੇਲੇਬਲ ਹੋਏਗਾ ਉਹਦੇ ਨਾਲ ਜਿਹੜੀ ਕੇਸ ਦੀ ਇਨਵੈਸਟੀਗੇਸ਼ਨ ਹੈਗੀ ਜਾਂ ਕੁਲੈਕਸ਼ਨ ਆਫ ਐਵੀਡੈਂਸ ਹੈ ਜਾਂ ਲੀਗਲ ਜਿਹੜੇ ਇਸ਼ੂਜ਼ ਹੈਗੇ ਉਹ ਉਸੇ ਸਟੇਜ ਤੋਂ ਇਨਵੈਸਟੀਗੇਸ਼ਨ ਦੇ ਨਾਲ ਚੱਲਣਗੇ ਤਾਂ ਕਿ ਜਿਹੜਾ ਕੇਸਾਂ ਦੀ ਐਕੁਇਟਲ ਹੁੰਦੀ ਹੈ ਉਹ ਘੱਟ ਤੋਂ ਘੱਟ ਹੋਵੇ ਇਹ ਸਾਡੀ ਸਟੇਟ ਦੇ ਵਿੱਚ ਇਨਫੈਕਟ ਰੂਲ ਸਾਡੇ ਬਣ ਗਏ ਹੈ ਔਰ ਬਹੁਤ ਜਲਦੀ ਹੀ ਸਰਕਾਰ ਤੋਂ ਸਾਨੂੰ ਅਪਰੂਵਲ ਮਿਲਣ ਵਾਲੀ ਹੈ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਦੇਸ਼ ਵਿਦੇਸ਼ TV ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕੀਤਾ ਜਾਵੇ ਦੀਦੀ ਤੁਸੀਂ ਤਾਂ ਕਿਹਾ ਸੀ ਅੱਜ ਮੇਰੀ ਕੋਈ ਸ਼ੂਟਿੰਗ ਨਹੀਂ ਪਰ ਸਵੇਰੇ ਸਵੇਰੇ ਫੇਰ ਤਿਆਰੀ ਕਸੀ ਬੈਠੇ ਹੋ ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਈ ਅੱਜ ਤਾਂ ਪੰਜਾਬੀ ਸਕਰੀਨ ਵਾਲਿਆਂ ਨੇ ਘਰੇ ਆਉਣਾ ਹੈ ਮੇਰੀ ਇੰਟਰਵਿਊ ਲਈ ਵਾਹ ਕੀ ਬਾਤ ਹੈ ਤੇ ਉਹ ਟਾਈਟਲ ਪੇਜ ਤੇ ਮੇਰੀ ਫੋਟੋ ਵੀ ਲਾ ਰਿਹਾ ਹੈ ਬਾਲੀਵੁੱਡ ਦਾ ਨੰਬਰ 1 ਫਿਲਮੀ ਰਸਾਲਾ ਪੰਜਾਬੀ ਸਕਰੀਨ